श्री वाहे गुरु वाहे गुरु वाहे गुरु गुर जैसा नहीं को दे जिस मस्तक पाग सोला का सेव नारायण नरपत नमस्कार ऐसे गुर को बल बल जाइए आप मुक्त मोहि तारे जे सो चंदा उगवे है सूरज चढ़ है हजार एते चानन होंदिया गुर बिन कोर अंधा गुर बिन कोर अंधार गुरु बिन सिद्ध गुरु बिन मुक्त ना पावे गुर कर सच विचार गुरु कर रे मन मेरे गुर कर शब्द सपुन अग्न कट है सब तेरे गुरु गुरु गुर कर मन मोर गुरु बिना मैं नाहीं होर हम मैंने तुम उजल करते हम निर्गुण तू दाता हम मूर्ख तुम चतुर सियाने तू सर्व कला का ज्ञाता माधो हम ऐसे तू ऐसा हम पापी तुम पाप खंडन नीको ठाकुर देसा आनंद गुणी निधान गुरु गरीब निवाज गरीब निवाज गरीब निवाज हर किया सदा सदा वडिआइया दे न पछुताए ए मन हर जी त्याए तू एक मन एक चित भाए ए मन हर जी त्याए तू एक मन एक चित भाए हर किया सदा सदा वडिआइया दे न पछुताए किया सदा सदा वडिआइया दे न पछुताए ए मन हर जी त्याए तू एक मन एक चित पाए ए मन हर जी त्याए तू एक मन एक चित पाए
बलिहार ने जित सेवै सुख पाए। हर के सद बलिहार ने जित सेवै सुख पाए। ई मन हर जी त्याए तू एक मन एक चित पाए। ई मन हर जी त्याए तू एक मन एक चित पाए। तीरते आ दर के पाए सतगुर से तीरते दरगह पाए था। सतगुर से तीरते दरगह पाए था। सतगुर से तीरते दरगह पाए था। चंदी हजार आलम एक लखाना हम चीनी पातशाह सांवल भरना। हम चीनी पातशाह सांवल भरना। हम चीनी पातशाह सांवल भरना। हल्ले यारा हल्ले यारा खुश खबरी। हल्ले यारा खुश खबरी। बाल बाल जाओ हाँ बाल बाल जाओ। बाल बाल जाओ हाँ बाल बाल जाओ। निकी तेरी बेगारी हाले तेरा ना। निकी तेरी बेगारी हाले तेरा ना। हल्ले यारा हल्ले यारा खुश खबरी। हल्ले यारा खुश खबरी। Thank you.
आस पत गद पत नर नरिंद नाम के स्वामी मीर मुकंद आस पत गद पत नर नरिंद नाम के स्वामी मीर मुकंद नाम के स्वामी मीर मुकंद नाम के स्वामी मीर मुकंद हल्ले आरा खुश खबरी खबरी बाल बाल जाऊं हाँ बाल बाल जाऊं बाल बाल जाऊं हाँ बाल बाल जाऊं बाल बाल जाऊं हाँ बाल बाल जाऊं बाल बाल जाऊं हाँ बाल बाल तेरी बेगारी हाले तेरा नाम निकी तेरी बेगारी हाले तेरा नाम हल्ले यारा खुश खबरी 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 भाई लाला
ਜੇ ਚੋਲੀਆਂ ਪਰਨ ਇਥੋਂ ਮਲਕ ਪਾਗੋ ਜੇ ਸਭ ਗਵਾ ਜਾਂਦੇ ਕਹਿੰਦੇ ਕਹਿਣ ਕਥਨ ਤੋਂ ਬਾਰੀ ਕਹਿੰਦੇ ਕਹਿਣ ਕਥਨ ਤੋਂ ਬਾਰੀ ਸ਼ਬਦ ਬਾਣੀ ਦਾ ਹਰ ਇੱਕ ਸ਼ਬਦ ਬਾਣੀ ਦਾ ਵੱਡਾ ਪਰਉਪਕਾਰੀ ਐਸਾ ਗਿਆਨ ਬਖਸ਼ਿਆ ਬਾਣੀ ਸੋਮਾ ਅੰਮ੍ਰਿਤ ਦਾ ਪੜ੍ਹ ਕੇ ਸੁਣ ਕੇ ਮੁਕਤੀ ਪੜ੍ਹ ਕੇ ਸੁਣ ਕੇ ਮੁਕਤੀ ਪਾ ਜਾਂਦੇ ਸੰਸਾਰੀ
ਢਾਡੀ ਚੌਧਰਪੁਰੀਏ ਢਾਡੀ ਚੌਧਰਪੁਰੀਏ ਮਹਿਮਾ ਗਾਉਂਦੇ ਸਤਿਗੁਰ ਦੀ ਕਰਦੇ ਚਰਨਾਂ ਉਤੋਂ ਕਰਦੇ ਚਰਨਾਂ ਉਤੋਂ ਨਮਸਕਾਰ ਲਖਬਾਰੀ ਹੱਥਾਂ ਬੰਦਿਆਂ ਪਰੇਰੀਆਂ ਕਰਦੇ ਤੇਰੀਆਂ ਗੱਜ ਕੇ ਕਹੋ ਵਾਹਿਗੁਰੂ ਦਸਾਂ ਦੀ ਫੇਰ ਦੇਤੀ ਗੱਜ ਕੇ ਕਹਿ ਦਿਓ ਵਾਹਿਗੁਰੂ ਵਾਹਿਗੁਰੂ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਹੋਏ। ਆਪ ਜੀ ਦੀਵਾਨ ਵਿੱਚ ਹਾਜ਼ਰੀ ਭਰ ਕੇ ਇਤਿਹਾਸ ਵਿਚਾਰਾਂ ਸਰਵਣ ਕਰ ਰਹੇ ਸੀ। ਬੜਾ ਆਨੰਦਮਈ ਸਮਾਂ ਬਣਿਆ ਹੈ। ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਇਹ ਜਿੱਥੇ ਬਿਲਡਿੰਗ ਬਣਾਈ ਹੈ, ਸੇਵਾ ਕਰਵਾਈ ਹੈ। ਘੱਟ ਵਾਜ ਕਰ ਉਹਦੇ ਨਾਲ ਨਾਲ ਉਹ ਇਹ ਵੀ ਉਪਰਾਲਾ ਕਰ ਰਹੇ ਨੇ ਕਿ ਪ੍ਰਚਾਰ ਜਿਹੜਾ ਉਹ ਕੀਤਾ ਜਾਏ, ਸਿੱਖੀ ਦਾ, ਗੁਰੂ ਸ਼ਬਦ ਦਾ ਪ੍ਰਚਾਰ ਕੀਤਾ ਜਾਏ। ਬਈ ਗੁਰੂ ਗ੍ਰੰਥ ਸਾਹਿਬ ਜੋ ਪ੍ਰਗਟ ਹੋਏ ਨੇ ਉਹਨਾਂ ਦੀ ਬਾਣੀ ਦੇ ਵਿੱਚ ਕੀ ਲਿਖਿਆ ਹੋਇਆ, ਬਾਣੀ ਵਿੱਚ ਕੀ ਹੈ। ਅਤੇ ਮੈਂ ਸ਼ੁਰੂ ਵਿੱਚ ਬੇਨਤੀ ਕਰਾਂਗਾ ਵੀ ਇੰਨਾ ਵਧੀਆ ਮਾਹੌਲ, ਵਧੀਆ ਬਿਲਡਿੰਗ, ਮੌਸਮ ਵੀ ਠੀਕ ਹੈ, ਪਰ ਇਸ ਪਾਸੇ ਆਵਾਜ਼ ਬਹੁਤ ਆ ਰਹੀ ਹੈ। ਢਾਡੀ ਸਿੰਘ ਅਤੇ ਆਪਣੇ ਸਾਜ਼ਾਂ ਦੇ ਜ਼ੋਰ ਨਾਲ ਆਪਣਾ ਇਤਿਹਾਸ ਸੁਣਾ ਰਹੇ ਸਨ, ਪਰ ਕਥਾ ਦੇ ਵਿੱਚ ਇਕਾਗਰਤਾ ਤਾਂ ਬਣਦੀ ਹੈ ਜੇ ਆਪਾਂ ਚੁੱਪ ਕਰਕੇ ਸੁਣੀ। ਸਾਡਾ ਨਾਲੇ ਇੱਥੇ ਕੋਈ ਬੋਲਣ ਦਾ ਕੋਈ ਲੋੜ ਵੀ ਨਹੀਂ ਹੈ। ਜੇ ਲੋੜ ਹੋਵੇ ਤਾਂ ਆਪਾਂ ਨੂੰ ਬੋਲਣਾ ਚਾਹੀਦਾ, ਅਤੇ ਜ਼ਰੂਰਤ ਹੀ ਨਹੀਂ ਤਾਂ ਫਿਰ ਬੋਲਣਾ ਕਦੇ। ਜਿੱਥੇ ਵੀ ਤੁਸੀਂ ਬੈਠੇ ਹੋ, ਜੇ ਤੁਹਾਡੇ ਕੋਲ ਵੀ ਕੋਈ ਗੱਲਬਾਤ ਕਰਦਾ ਤਾਂ ਉਹਨੂੰ ਹੱਥ ਜੋੜ ਕੇ ਬੇਨਤੀ ਕਰੋ ਵੀ ਗੁਰੂ ਦੇ ਦਰਬਾਰ ਵਿੱਚ ਬੋਲੀ ਦਾ ਨਹੀਂ, ਸੁਣੀ ਦਾ ਹੁੰਦਾ। ਮਹਾਰਾਜ ਵੀ ਕਹਿੰਦੇ ਹੋਣਗੇ ਵੀ ਮੇਰਾ ਸਥਾਨ ਤਾਂ ਬਣਾ ਦਿੱਤਾ, ਪਰ ਸਾਰੇ ਬੋਲੀ ਆਉਂਦੇ ਨੇ ਸਟੇਜ 'ਤੇ, ਇੱਕ ਜਣਾ ਬੋਲਦਾ, ਬਾਕੀ ਸਾਰੇ ਬੋਲੀ ਜਾ ਰਹੇ ਨੇ, ਕੀ ਲੋੜ ਪੈ ਗਈ ਬੋਲਣ। ਇੱਕ ਗੱਲ ਮੈਨੂੰ ਇਤਿਹਾਸ ਦੀ ਚੇਤੇ ਆ ਗਈ, ਕਲਗੀਧਰ ਪਾਤਸ਼ਾਹ ਆਪਣੇ ਜੀਵਨ ਦੇ ਪਹਿਲੇ ਹਿੱਸੇ ਵਿੱਚ, ਯਾਨੀ ਕਿ 20 ਕੁ ਸਾਲ ਦੀ ਉਮਰ ਦੇ ਵਿੱਚ ਪਾਉਂਟਾ ਸਾਹਿਬ ਦੀ ਧਰਤੀ 'ਤੇ ਗਏ ਨੇ। ਪਾਉਂਟਾ ਸਾਹਿਬ ਦੀ ਧਰਤੀ 'ਤੇ ਆਪ ਜੀ ਨੇ ਬੜਾ ਸੋਹਣਾ ਇੱਕ ਸੁੰਦਰ ਅਸਥਾਨ ਵੇਖਿਆ। ਨਦੀ ਦਾ ਕਿਨਾਰਾ ਸੀ, ਜਮੁਨਾ ਨਦੀ ਦਾ ਕਿਨਾਰਾ, ਉੱਥੇ ਡੇਰਾ ਕਰ ਲਿਆ, ਨਾਲ ਸਿੱਖ ਸੰਗਤ, ਪਰਿਵਾਰ, ਫੌਜਾਂ ਸਨ। ਜਦੋਂ ਉੱਥੇ ਕੁਝ ਚਿਰ ਰਹੇ, ਇੱਥੇ ਗੁਰੂ ਸਾਹਿਬ ਆਪਣੇ ਜੀਵਨ ਦੇ 4 ਕੁ ਸਾਲ ਰਹੇ ਨੇ। ਮਹਾਰਾਜ ਨੇ ਇੱਥੇ ਆਪ ਬਾਣੀ ਵੀ ਉਚਾਰਨ ਕੀਤੀ ਹੈ ਪਾਉਂਟਾ ਸਾਹਿਬ ਦੀ ਧਰਤੀ 'ਤੇ, ਅਤੇ ਸਾਧ ਸੰਗਤ ਜੀ ਇੱਥੇ ਹੀ ਗੁਰੂ ਸਾਹਿਬ ਜਿੱਥੇ ਅੱਜ ਗੁਰਦੁਆਰਾ ਦਸਤਾਰ ਸਾਹਿਬ ਹੈ, ਇੱਥੇ ਆਪਣੇ ਸਿੰਘਾਂ ਨੂੰ ਦਸਤਾਰਾਂ ਸਜਾਉਣ ਦੀ ਜਾਚ ਸਿਖਾਉਂਦੇ ਰਹੇ ਨੇ। ਜਿਹੜਾ ਸੋਹਣੀ ਦਸਤਾਰ ਬੰਨਦਾ ਸੀ ਉਹਨੂੰ ਮਹਾਰਾਜ ਪਾਤਸ਼ਾਹ, ਸੱਚੇ ਪਾਤਸ਼ਾਹ ਜੀ ਇਨਾਮ ਦਿੰਦੇ ਸਨ। ਇੱਕ ਦਿਨ ਜਿਹੜਾ ਥੜਾ ਬਣਿਆ ਹੋਇਆ, ਇੱਥੇ ਬਾਣੀ ਉਚਾਰ ਰਹੇ ਸੀ ਮਹਾਰਾਜ, ਬਾਬਾ ਦੀਪ ਸਿੰਘ ਜੀ ਨਾਲ ਸਨ, ਉਹ ਲਿਖ ਰਹੇ ਸਨ। ਅਤੇ ਜਦੋਂ ਬਾਣੀ ਉਚਾਰ ਰਹੇ ਸਨ, ਤੁਹਾਨੂੰ ਪਤਾ ਹੈ ਜਦੋਂ ਪਾਣੀ ਵਹਿੰਦਾ ਬੜੀ ਜ਼ੋਰ ਦੇ ਨਾਲ, ਨਾਲੋਂ ਦੀ ਯਮੁਨਾ ਨਦੀ ਲੰਘਦੀ ਹੈ, ਯਮੁਨਾ ਨਦੀ ਦੀ ਆਵਾਜ਼ ਬੜੀ ਆਉਂਦੀ ਹੈ, ਪਾਣੀ ਦੀ ਆਵਾਜ਼ ਬੜੀ ਆਉਂਦੀ ਹੈ। ਮਹਾਰਾਜ ਜਦੋਂ ਆਨੰਦ ਦੇ ਵਿੱਚ ਟਿਕਦੇ ਨੇ ਨਾ, ਮੈਂ ਬੇਨਤੀ ਕਰਾਂ ਸੰਗਤ ਦੇ ਚਰਨਾਂ ਵਿੱਚ ਵੀ ਆਨੰਦ ਦਾ, ਜਿਹੜਾ ਆਨੰਦ ਨੂੰ ਮੰਨਣ ਲੱਗ ਪਵੇ ਉਹਨੂੰ ਆਵਾਜ਼ ਨਹੀਂ ਚੰਗੀ ਲੱਗਦੀ। ਇਸੇ ਕਰਕੇ ਕਈ ਮਹਾਂਪੁਰਸ਼ਾਂ ਨੇ, ਰੱਬ ਦੇ ਪਿਆਰਿਆਂ ਨੇ, ਜਾਂ ਤਾਂ ਇਕਾਂਤ ਦੇ ਵਿੱਚ ਆਪਣੇ ਥਾਂ ਕਮਰੇ ਭਜਨ ਕਰਨ ਦੇ ਬਣਾਏ, ਜਾਂ ਨਦੀਆਂ ਦੇ ਕਿਨਾਰੇ 'ਤੇ ਜਾ ਕੇ ਭਜਨ ਕੀਤਾ। ਜਿਵੇਂ ਦਮਦਮਾ ਸਾਹਿਬ ਬਾਬਾ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਲਿਖਵਾਏ ਨੇ, ਆਪ ਲਿਖੇ ਨੇ, ਅਤੇ ਉੱਥੇ ਵੀ ਭੋਰਾ ਸਾਹਿਬ ਬਣਿਆ ਹੋਇਆ ਅੱਜ ਵੀ। ਕਈ ਥਾਵਾਂ 'ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਾਬੇ ਬਕਾਲੇ ਵਿੱਚ ਰਹੇ ਨੇ, ਬਾਬੇ ਬਕਾਲੇ ਵਿੱਚ ਭੋਰਾ ਸਾਹਿਬ ਬਣਿਆ ਹੋਇਆ।
ਇਹ ਭੋਰਿਆਂ ਦਾ ਕੀ ਮਤਲਬ ਸੀ? ਇਹ ਨਹੀਂ ਕੋਈ ਵੀ ਜ਼ਮੀਨ ਦੇ ਵਿੱਚ ਰਹਿਣ ਦੇ ਨਾਲ ਰੱਬ ਛੇਤੀ ਮਿਲ ਪੈਂਦਾ। ਕਈ ਇਸ ਤਰ੍ਹਾਂ ਦੇ ਚੰਚਲ ਜੈ ਪ੍ਰਚਾਰਕਾਂ ਨੇ ਪਿੱਛੇ ਜੀ ਇਹਨਾਂ ਚੀਜ਼ਾਂ ਦਾ ਬੜਾ ਆਪਣੇ ਵੱਲੋਂ ਮਖੌਲ ਉਡਾਇਆ, ਰੱਬ ਮਿਹਰ ਕਰੇ ਇਹਨਾਂ ਨੂੰ ਅਕਲ ਆ ਜਾਏ। ਕਈ ਤਾਂ ਇੱਥੋਂ ਤੱਕ ਚਲੇ ਗਏ ਵੀ ਭੋਰਿਆਂ ਵਿੱਚ ਤਾਂ ਚੂਹੇ ਵੜਦੇ ਨੇ, ਇੰਨੀ ਇਹਨਾਂ ਦੀ ਮੱਤ ਮਾਰੀ ਗਈ ਗੁਰੂ ਘਰ ਦੀ ਮਾਇਆ ਖਾ ਖਾ ਕੇ ਵੀ ਇਹਨਾਂ ਨੂੰ ਇਹ ਵੀ ਡਰ ਨਹੀਂ ਲੱਗਾ ਵੀ ਕਿਤੇ ਗੁਰੂ ਸਾਹਿਬ ਭੋਰਾ ਸਾਹਿਬ ਦੇ ਵਿੱਚ ਰਹੇ ਨੇ ਅਤੇ ਆਪਾਂ ਗੱਲ ਕਰਨ ਲੱਗਿਆਂ ਜੇ ਗੱਲ ਕਰਨੀ ਹੈ ਵੀ ਸਾਨੂੰ ਸ਼ੱਕ ਪੈ ਗਿਆ, ਸਾਨੂੰ ਸ਼ੰਕਾ ਪੈ ਗਿਆ। ਸਿੰਘਾ ਤੇਰਾ ਆਵਾਜ਼ ਠੀਕ ਨਹੀਂ ਹੈ, ਆਵਾਜ਼ ਥੋੜ੍ਹੀ ਕਰ, ਸਿੰਘਾਂ ਨੂੰ ਪਤਾ ਲੱਗੇ ਮੈਂ ਕੀ ਬੋਲ ਰਿਹਾ। ਅਜੇ ਤਾਂ ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਬੋਲ ਰਿਹਾ, ਅਤੇ ਸੰਗਤ ਨੂੰ ਪਤਾ ਕਿੱਥੋਂ ਲੱਗਿਆ? ਰੌਲੇ ਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਸਾਊਂਡ ਦੀ ਸੈਟਿੰਗ ਨਹੀਂ ਹੁੰਦੀ। ਉੱਧਰ ਆਵਾਜ਼ ਕਰੋ, ਸਾਰੀ ਆਵਾਜ਼ ਸਟੇਜ 'ਤੇ ਆ ਰਹੀ ਹੈ, ਸੰਗਤ ਵੱਲ ਆਵਾਜ਼ ਨਹੀਂ ਜਾ ਰਹੀ। ਰੌਲਾ ਪੈਂਦਾ ਹੀ ਤਾਂ ਹੈ, ਸਾਊਂਡ ਦੇ ਉੱਤੇ ਬਹੁਤ ਨਿਰਭਰ ਹੁੰਦਾ, ਬਹੁਤ ਜ਼ਿਆਦਾ। ਇੱਥੇ ਇੰਨੀ ਆਵਾਜ਼ ਮੈਨੂੰ ਬਹੁਤ ਜਿੰਨੀ ਹੁਣ ਆਵਾਜ਼ ਆ ਰਹੀ ਹੈ, ਉੱਧਰ ਜਾ ਕੇ ਵੇਖੋ ਵੀ ਸੰਗਤ ਵਿੱਚ ਆਵਾਜ਼ ਆਉਂਦੀ ਹੈ ਕਿ ਨਹੀਂ। ਜਿਹੜੇ ਸਿਆਣੇ ਸਾਊਂਡ ਵਾਲੇ ਨਾ, ਉਹ ਸੰਗਤ ਵਿੱਚ ਫਿਰ ਕੇ ਵੇਂਦੇ ਵੀ ਆਵਾਜ਼ ਜਾਂਦੀ ਹੈ ਕਿ ਨਹੀਂ। ਉੱਥੇ ਸਾਨੂੰ ਕੀ ਆਵਾਜ਼ ਸੁਣਾਉਣੀ, ਅਸੀਂ ਬੈਠੇ ਹੋਏ ਹਾਂ। ਇੱਥੇ ਇੰਨੀ ਆਵਾਜ਼ ਬਹੁਤ ਹੈ ਕਿਉਂਕਿ ਮੈਂ ਆਪਣੇ ਆਨੰਦ ਵਿੱਚ ਬੋਲੀ ਜਾਂ, ਸਿੰਘ ਸੁਣਨ ਵਾਲੇ ਹੈ ਨੇ, ਉੱਧਰ ਜਿਨ੍ਹਾਂ ਨੇ ਸੁਣਨਾ ਸੁਣ ਲੈਣਗੇ, ਜਿਨ੍ਹਾਂ ਨੇ ਬੋਲਣਾ ਬੋਲੀ ਜਾਣਗੇ, ਪਰ ਉਹਨਾਂ ਨੂੰ ਵੀ ਤੁਸੀਂ ਚੁੱਪ ਕਰਾ ਸਕਦੇ ਹੋ ਜੇ ਦੋ ਸਪੀਕਰਾਂ ਦਾ ਮੂੰਹ ਪਰਾਂ ਨੂੰ ਕਰ ਦਿਓ। ਆਵਾਜ਼ ਹੀ ਹੈ ਜਿਹੜੀ ਸਾਨੂੰ ਪਤਾ ਵੀ ਬੱਚੇ ਹੁੰਦੇ ਰੌਲਾ ਪਾਉਂਦੇ ਨੇ, ਆਵਾਜ਼ ਉਹਨਾਂ ਵੱਲ ਛੱਡੋ ਤਾਂ ਕਿ ਉਹਨਾਂ ਨੂੰ ਆਵਾਜ਼ ਜਿਹੜੀ ਉਹਨਾਂ ਦੀ ਆਵਾਜ਼ ਨੂੰ ਬੰਦ ਕਰਾ ਦੇ, ਹੋਰ ਕੋਈ ਉਪਰਾਲਾ ਨਹੀਂ ਹੁੰਦਾ। ਸੋ ਆਪਾਂ ਫਿਰ ਇੱਕ ਨਾਲੇ ਇਹ ਸਮਾਗਮ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਕਰਾਇਆ ਅਤੇ ਆਪਾਂ ਇੱਕ ਵਾਰੀ ਯਤਨ ਕਰਕੇ ਵੇਖ ਲਈਏ ਜੇ ਸੰਗਤ ਚੁੱਪ ਹੋ ਜਾਏ। ਸਤਨਾਮ ਵਾਹਿਗੁਰੂ ਦਾ ਜਾਪ 5 ਮਿੰਟਾਂ ਵਾਸਤੇ ਕਰੀਏ ਅਤੇ ਆਵਾਜ਼ ਸਿੰਘ ਨੇ ਫਿਰ ਵਧਾ ਦਿੱਤੀ ਹੈ। ਇਹਦੀ ਆਦਤ ਹੈ ਮੈਨੂੰ ਜਾਪਦਾ ਜਗਰਾਤੇ ਵਾਲਿਆਂ ਕੋਲ ਜਾਣ ਦੀ, ਇਹ ਗੁਰੂ ਦਾ ਦਰਬਾਰ ਹੈ। ਜੇ ਅਕਾਲ ਕਿਰਪਾ ਕਰਾਏ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ।
कवन कवन गुण कहिया अंत नहीं के जुबार सम ही पई है लाल गुलाल रंगारे कहु नानक संतन रस आई है कहु नानक संतन रस आई है क्यों चाक गुंगा मुस्कार सतगुरु जी का खास रूप गुरु रूप गुरु खालसा साध संगत जी वड्डे भागां दी निशानी है जो मेरे मालक सतगुरु धन गुरु ग्रंथ साहिब महाराज सच्चे पातशाह जी का उन्हां दी याद विच जुड़ बैठे हाँ महापुरखां दे स्थानां ते कार सेवा वाले महापुरखां दे स्थानां ते जिथे सेवा ते सिमरन आप जी ने प्रसंग सरवण कीते सेवा ते सिमरन दे क्योंकि खेड भावना दी है प्यारिओ सारी जिथे साडी श्रद्धा बन जावे जिथे साडी भावना बन जावे उत्थे गल शरीरां दी खत्म हो जांदी है क्योंकि भावना गुरु नूं पा जांदी है साडी भावना गोबिंद आओ भगत का भुखा सतगुरु साडी भावना दे भुखे आ प्यारिओ मत समझिए भी असी इत्थे आके रुमाला लख रुपये दा चढ़ा दिता जां सेवा विच लख रुपया दो लख पंज लख पा दिते गुरु खुश हो जाएगा सतगुरु पातशाह कहिंदे प्यारिआ मेरी खुशी लैणी ते मैं तेरे विचों शरदा वेखणी चाहुणा तेरे विचों भावना देखणी चाहुणा तू गुरु नाल प्यार किन्ना क करदा है ते गुरु नाल जिहड़ा प्यार ना प्यारिओ
वह मिलना सतसंगत में आके। सतगुर अगे ने जो भी आके अस खड़ देना जोदड़ियाँ कराया करो मेरे मालक जी हो मेरे भागा के सतसंगत आ जाए मेरे कर्मा के सतसंगत आ जाए तो जो सतसंगत आँदी इन्ना प्यारे उदो जीवन बदलता है उदो जीवन के फिर वह घड़िया जिन्हों घड़िया असी उड़ीकते हाँ कि साढ़े घर खुशियां आ जा खेड़े आ जा आनंद आ जाए जिंदगी जीवन का ढंग जिंदगी जीवन का चज सानू आ जाए फिर सतगुरु पातशाह कहिंदे प्यारिया सतसंगत विचों मिलना है बिन भागा सतसंग ना लभै बिन संगत मैल रीजै जी करमा तो बगैर नहीं मिलती प्यारियो ते कर्म बनाने पैंदे ने गुरु के चरणों में आके गुरु अगे जोदड़ियां करके क्या करो सारे रल मिल के भाई कर्मा बिच लिख दे ओ मेरे सारे क्या करो गुरु के चरणों में कर्मा बिच लिख दे ओ मेरे कड़ियां सतसंग दियां कर्मा बिच लिख दे ओ मेरे कड़ियां सतसंग दियां कर्मा बिच लिख दे ओ मेरे कड़ियां सतसंग दियां सतसंग दियां कर्मा बिच लिख दो मेरे कड़ियां सतसंग दियां कर्मा बिच लिख दो मेरे कड़ियां सतसंग दियां कर्मा बिच लिख दो मेरे कर दियां तंग ने पीड़ा कर दियां तंग ने पीड़ा कर दियां जिंदगी दे रंग दिया कर्मा बिच लिख दो मेरे कड़ियां सतसंग दिया कर्मा बिच लिख दो मेरे कड़ियां सतसंग दिया कर्मा बिच लिख दो मेरे कड़ियां सतसंग दिया कर्मा बिच लिख दो कड़ियां सतसंग दियां कर्मा बिच लिख दो मेरे कड़ियां सतसंग दियां कर्मा बिच लिख दो मेरे महिमा तेरे दर दी दाता गाउंदे ने वेखे सारे महिमा तेरे दर दी दाता गाउंदे ने वेखे सारे महिमा तेरे दर दी दाता गाउंदे ने वेखे सारे मां तेरे दर दी दाता गाउंदे ने वेखे सारे सुनिया तेरे दर तो दाता सुख ध्यान मिलन सहारे सुनिया तेरे दर तो दाता सुख ध्यान मिलन सहारे बख्शो भुला जो मेरिया बख्शो भुला जो मेरिया मैनू ने डंग दिया कर्मा बिच लिख दो मेरे कड़ियां सतसंग दिया कर्मा बिच लिख दो मेरे कड़ियां सतसंग दिया कर्मा बिच लिख दो मेरे कड़ियां सतसंग दियां कर्मा बिच लिख दो मेरे कड़ियां सतसंग दियां कर्मा बिच लिख दो मेरे कड़ियां सतसंग दियां कर्मा बिच लिख दो मेरे
सतगुर के चरणों में जोदड़ियाँ करिया करो मेरे मालक जीओ बख्शो गरीब ते तरस कहो सतसंगत की दात बख्शो कि महापुरखों ने उपराला किया प्यारियो ये सानू सतगुर के नाल जोड़न वास्ते सतगुरु पातशाह चल के ते आ गए आप चल के आए जिन्हां दे नां ते गुरद्वारा प्रगट साहिब रखिया दास ने इतिहास बहुत दीवाना ते सुनाए है सतगुरु पातशाह तो चल के आ गए असी किदन चल के आवांगे पातशाह चल के आ गए सानू तारन वास्ते असी किदन चल के आवांगे शरीर करके आए पर मन करके नहीं आए प्यारे जिस दिन मन करके गुरु के चरणों में आ के उदन कदी ना असी सेवा तो भजांगे ना कदी सिमरन तो भजांगे ना कदी नितनेम तो भजांगे ना बाणी पढ़न तो भजांगे क्योंकि सतगुरु सच्चे पातशाह के चरणों में आना ही सब तो पहला वड्डी गल आ प्यारे बहुत वड्डी गल है गुरु के चरणों में आना कि सौखी गल सतसंग आके बैठ जाना कि सौखी गल महापुर क्या करते सन कहते प्यारे जो सतसंग चल के आ गया ना उदो ही माण कराया कर बे गुरु मेरे ते किन्ना तुठा है किन्ना खुश है गुरु मेरे ते गुरु ने मैनू सतसंग की दात दिती है मैं सतसंगत में आके बैठा नहीं तो किन्ने लोग होणगे पत्नी टेकियां ते बैठे होणगे शराबा पीते होणगे टीवियां मूहरे बैठे होणगे हॉस्पिटलों में सड़दे बलदे पए होणगे पर किन्ने भाग चंगे ने जिहड़े सतगुर दे चरणों में आके जुड़े बैठे ने सतगुर दे चरणों में आके सतगुर दीआं बख्शां प्राप्त कर रहे ने ये चंगे भागां दी निशानी है ते माड़े भाग हुंदे ने जदों असीं गुरु तो दूर हो जाइए गुरु तो असीं पासा वट जाइए सतगुर दे चरण क्योंकि मालक एडे वड्डे ने बाबुल मेरा वट समर्था करन कारण प्रभ हारा करन वाले भी है ते कारण बनाउण वाले भी यही ने धन गुरु ग्रंथ साहिब महाराज सच्चे पातशाह जिहड़े चल के आए सानू तारन वास्ते इस दर ते वड्डे वड्डे राजे महाराजे आके नमस्कारा करदे ने पर तरदे कौन ने भला किन्हां दा हुंदा बख्शिश किन्हां दे हुंदी इतिहास सरवण कर रहे थे ना संत जरनैल सिंह खालसा भंडरां वालियां दा गल्लां करन दे विच ते जीवन विच फर्क बहुत आ प्यारे उन्होंने पहला अपना जीवन बनाया 101 जपजी साहब का पाठ हर रोज करना नितनेम तो बखरा स्वास स्वास सिमरन चलता रहिंदा सी क्योंकि भावना तो बगैर श्रद्धा तो बगैर बंदगी तो बगैर कदे कुरबानी नहीं दिती जांदी प्यारे जे अपना आप वारिया जाता है ना तो अपना आप वारन वास्ते पहला बंदगी चाहिए वो बंदगी सी उन्होंने गल फिर उत्थे आके घूम के आँदी भी पहल नाम दी है नानक नाम चढ़दी कला तेरे भाणे सरबत दा पहला नाम की गल की है सतगुरु पातशाह जी ने खालसे वाले महापुरख भी दिन रात नाम जपाउंदे सतनाम श्री वाहिगुरु जी का पहला नाम अंदर प्रगट करते ने जो सेवा तो सिमरन आ जाती ने फिर बख्शिशा होंदिया रहमत मिलदिया ने तो मिलदियाँ किस मालक तो है आ धन गुरु ग्रंथ साहिब महाराज सच्चे पातशाह कोट ब्रह्मांड को ठाकुर स्वामी करोड़ों ब्रह्मंडा के मालक ने धन गुरु ग्रंथ साहिब महाराज सच्चे पातशाह जी कोट ब्रह्मांड को ठाकुर स्वामी सर्ब जिया का दाता रे सारे जिया के दाते ने पर सानू किते सुमत आ जाए सानू किते समझ आवे।